तरीक मतलब कि मेरा पुलिस ने बहुत धन्यवाद पुलिस का जिन्होंने मतलब कि मेरा बच्चा छेती छेती मतलब कि फिर भी बड़ी कोशिश की मेरा बच्चा उन्होंने लब के दे दिता आस तो लत्थी पर नहीं उन्होंने आस नहीं छी साड़ी उन्होंने बहुत बहुत धन्यवाद पुलिस का क्योंकि जिन्होंने साडा डिप्टी साहब का एस एच ओ साहब का बहुत बहुत ज़्यादा धन्यवाद है जी पर पता लगा कि जनानी का बैकग्राउंड की हैगा की मंशा की सी सर हानू दे पता नहीं है पे की ही ओदा सानू दे ना पता भी साडा बच्चा खडौण लगी बस खडौण दे चक्कर दे विच ही लगी पता नहीं सानू खडौण दे चक्कर च कितना लगी है सानू नहीं पता किन्ने चिर पिछे बीबी होया साडे 14 साल बाद च आया सी कहंदे कि उदों बड़िया जदों बच्चा चुक्या गया बड़े माड़े हाल होते सर भाजी बहुत ज्यादा बुरे हालात साडे ਸਾਡੇ ਘਰ ਰੋਟੀ ਖਾਣੀ ਪਾਣੀ ਪੀਣਾ ਬਹੁਤ ਮੁਸ਼ਕਲ ਹੋ ਗਿਆ ਸਾਡੇ ਘਰ ਬਹੁਤ ਬੁਰੇ ਹਾਲਾਤ ਹੋ ਗਏ ਸੀ ਚਲੋ ਕੱਲ੍ਹ ਦਾ ਸਾਡਾ ਬੱਚਾ ਮਿਲਿਆ ਸਾਡੀ ਥੋੜ੍ਹਾ ਜਿਹਾ ਵੀ ਜਾਣ ਸੌਖੀ ਹੋ ਗਈ ਬਹੁਤ ਪਿੰਡ ਵਾਲਿਆਂ ਤੇ ਪੁਲਿਸ ਦਾ ਬੜਾ ਸਹਿਯੋਗ ਹੈ ਮੈਂ ਕਿਹਾ ਹਰ ਇੱਕ ਦਾ ਧੰਨਵਾਦ ਆ ਮੀਡੀਆ ਦਾ ਵੀ ਧੰਨਵਾਦ ਕਰਦੇ ਹਾਂ ਮੀਡੀਆ ਨੇ ਬਹੁਤ ਸਾਥ ਦਿੱਤਾ ਪੁਲਿਸ ਨੇ ਬਹੁਤ ਸਾਥ ਦਿੱਤਾ ਸਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਲੱਗਦਾ ਕਿ ਇਦਾਂ ਦੇ ਹਸਪਤਾਲਾਂ ਦੇ ਵਿੱਚ ਸਖਤੀ ਰੱਖਣੀ ਚਾਹੀਦੀ ਹੈ ਬਿਲਕੁਲ ਸਰ ਰੱਖਣੀ ਚਾਹੀਦੀ ਆ ਕਿਉਂਕਿ ਕਾਰਵਾਈ ਤਾਂ ਜ਼ਰੂਰੀ ਹੋਣੀ ਚਾਹੀਦੀ ਇੱਥੇ ਕੈਮਰਾ ਕੁਛ ਨਹੀਂ ਹੈਗਾ ਕੈਮਰਾ ਵੀ ਲੱਗਣਾ ਜ਼ਰੂਰੀ ਚਾਹੀਦਾ ਫਿਰ ਹੀ ਪਤਾ ਚੱਲੇਗਾ ਇੱਥੇ ਰੋਜ਼ ਚੋਰੀ ਕੋਈ ਨਾ ਕੋਈ ਹੁੰਦੀ ਆ 14 ਸਾਲਾਂ ਬਾਅਦ ਕੀ ਕਹਿਣਾ ਚਾਹੁੰਦੇ ਕਿ ਜਿਹੜੇ ਕਿ ਘਟਨਾ ਵਾਪਰੀ ਸੀ ਹਾਂਜੀ ਉਦੋਂ ਕਹਿੰਦੇ ਕਿ ਰੋ ਰੋ ਕੇ ਬੁਰਾ ਹਾਲ ਹੋ ਗਿਆ ਹਾਂਜੀ ਸਰ ਹੁਣੇ ਖੁਸ਼ੀ ਆਈ ਸਾਡੇ ਚਿਹਰੇ ਤੇ ਅੱਜ ਮੇਲਾ ਵਾਕਬ ਵੀ ਸੀ ਤੁਹਾਡੀ ਕੋਲ ਨਹੀਂ ਨਹੀਂ ਸਰ ਸਾਡੀ ਵਾਕਬ ਨਹੀਂ ਵਾਕਬ ਨੂੰ ਬੱਚਾ ਫੜਾਇਆ ਜਾਂਦਾ ਕਿਸੇ ਨੂੰ ਵੀ ਕੋਈ ਗੱਲਬਾਤ ਕਰਦੀ ਸੀ ਜਦੋਂ ਮੇਲਾ ਨਹੀਂ ਨਹੀਂ ਮੇਰਾ ਤੇ ਪ੍ਰੇਟ ਹੋਇਆ ਸੀ ਨਹੀਂ ਸਾਡੀ ਵਾਕਬ ਨਹੀਂ ਹੈ ਹਾਂਜੀ ਤਾਂ ਬੱਚਾ ਚੁੱਕੇ ਲੱਗੀ ਸੀ ਹਾਂਜੀ ਬੱਚਾ ਚੁੱਕ ਕੇ ਲੈ ਗਿਆ ਅੱਜ ਕਿੰਨੀ ਖੁਸ਼ੀ ਸਭ ਤੋਂ ਅੱਜ ਬਹੁਤ ਜ਼ਿਆਦਾ ਖੁਸ਼ੀ ਸਾਹਿਬ ਨਾਲ 12 ਜਨਮ ਹੋਇਆ ਹੈ 12 ਦੇ ਜਨਮ ਹਾਂਜੀ ਪਿੰਡ ਦੇ ਵਿੱਚ ਕਿਦਾਂ ਦਾ ਮਾਹੌਲ ਹੈ ਪਿੰਡ ਵਿੱਚ ਮਾਹੌਲ ਬਹੁਤ ਵਧੀਆ ਚੱਲਣ ਦਿਆ ਹੁਣ ਬਹੁਤ ਖੁਸ਼ੀ ਸਾਰੇ ਹਾਂਜੀ ਦੂਜਾ ਜਨਮ ਹੋਇਆ ਵੀ ਬੱਚਾ ਪੁਲਿਸ ਦਾ ਕਿਦਾਂ ਦਾ ਸਹਿਯੋਗ ਰਿਹਾ ਜੀ ਪੁਲਿਸ ਵੀ ਬਥੇਰੀ ਉਹਨਾਂ ਨੇ ਕਾਰਵਾਈ ਕੀਤੀ ਬਹੁਤ ਮਦਦ ਕੀਤੀ ਉਹਨਾਂ ਨੇ ਉਹਨੇ 2 ਦਿਨਾਂ ਦਾ ਸਾਡਾ ਬੱਚਾ ਸੀ ਇੱਥੋਂ ਚੋਰੀ ਹੋ ਗਿਆ ਕਿੱਥੋਂ ਚੋਰੀ ਹੋਇਆ ਇੱਥੋਂ ਬੀਬੀ ਨਾਨਕੀ ਹਸਪੀਟਲ ਤੁਹਾਨੂੰ ਕਿਦਾਂ ਪਤਾ ਲੱਗਾ ਸਾਨੂੰ ਪਤਾ ਲੱਗਾ ਵੋਟੀ ਬੈਠੀ ਹੋਈ ਸੀਗੀ ਫੜ ਕੇ ਉਹ 2 ਦਿਨ ਜਨਾਨੀ ਇੱਥੇ ਘੁੰਮਦੀ ਫਿਰਦੀ ਰਹੀ ਆ ਬਾਅਦ ਚੋਂ ਦੀ ਉਹਨੇ ਕਿਨੇ ਝੋਕ ਲੱਗ ਗਈ ਉਹਦੇ ਕੋਲ ਬੱਚਾ ਖੋ ਕੇ ਤੇ ਚਲੇ ਗਈ ਕੋਈ ਵਾਕ ਵੀ ਤੁਹਾਡੀ ਉਹ ਲੇਡੀ ਕੋਈ ਸਾਡੀ ਵਾਕ ਵੀ ਨਹੀਂ ਕੋਈ ਸਾਡੀ ਰਿਸ਼ਤੇਦਾਰੀ ਨਹੀਂ ਹੈਗੀ ਹਾਂ ਤੇ ਇੰਨਾ ਵਾ ਕਿ ਅਸੀਂ ਨਾ ਤੁਹਾਡਾ ਵੀ ਪੁਲਿਸ ਵਾਲਿਆਂ ਦਾ ਵੀ ਇੰਨਾ ਕੁ ਧੰਨਵਾਦ ਕਰਦੇ ਆ ਨਾ ਕਿ ਜਿੰਨਾ ਕੁ ਥੁੜ ਕੇ ਬਹਿ ਸਕਦੇ ਸੀ ਕਿ ਮਹਾਰਾਜਾ ਸਾਨੂੰ ਸਾਡਾ ਪੁੱਤ ਵਾਸ ਮਿਲ ਗਿਆ ਬਾਕੀ ਸਭ ਕੁਛ ਆ ਗਿਆ ਕਿੰਨੇ ਦਿਨਾਂ ਬਾਅਦ ਬੱਚਾ ਮਿਲਿਆ ਜੀ ਅੱਜ ਕਿੰਨੇ ਦਿਨ ਹੋ ਗਏ 15 ਦਿਨਾਂ ਬਾਅਦ ਮਿਲਿਆ ਜੀ ਲੱਗਦਾ ਕਿ ਪੁਲਿਸ ਨੇ ਵੀ ਆਪਣਾ ਪੂਰਾ ਬੜੀ ਮਦਦ ਕੀਤੀ ਪੁਲਿਸ ਨੇ ਬਹੁਤ ਮਦਦ ਕੀਤੀ ਆ ਮੀਡੀਆ ਵਾਲਿਆਂ ਨੇ ਵੀ ਕੀਤੀ ਆ ਪ੍ਰੈਸ ਰਿਪੋਰਟਰਾਂ ਨੇ ਵੀ ਕੀਤੀ ਸਾਰਿਆਂ ਨੇ ਬਹੁਤ ਜ਼ਿਆਦਾ ਕਿਸਾਨਾਂ ਨੇ ਵੀ ਕੀਤੀ ਆ ਇੰਨਾ ਕੁ ਮੁਲਕ ਨੇ ਮਦਦ ਕੀਤੀ ਆ ਨਾ ਕਿ ਰੱਬ ਦੇ ਸਾਰਿਆਂ ਦੀ ਆਸ ਮੁਰਾਦ ਪੂਰੀ ਕੀਤੀ ਕੋਈ ਅਸੀਂ ਇਹਨੂੰ ਜਾਣਦੇ ਨਹੀਂ ਆ ਨਾ ਇਹ ਸਾਡੀ ਰਿਸ਼ਤੇਦਾਰੀ ਆ ਪਤਾ ਨਹੀਂ ਇਹ ਕਿੱਥੋਂ ਆਈ ਆ ਕਿਤਰਾ ਬੈਠੀ ਇੱਥੇ ਹਸਪੀਟਲ 'ਚ ਤੇ ਆਪਾਂ ਬੱਚਾ ਉਹਦੇ ਵਾਸਤੇ ਥੋੜ੍ਹਾ ਜੰਮਿਆ ਸੀ ਆਪਾਂ ਤੇ ਆਪਾਂ 14 ਸਾਲਾਂ ਬਾਅਦ ਸਾਡੀ ਬੇਟੀ ਦੇ ਘਰ ਬੱਚਾ ਹੋਇਆ ਵਾ ਅਸੀਂ ਉਹਦੇ ਵਾਸਤੇ ਜੰਮਿਆ ਸੀ ਉਹਨੇ ਸ਼ਰਮ ਨਹੀਂ ਆਈ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਗਾਂ ਕਿਸੇ ਦੇ ਨਾਲ ਇੱਦਾਂ ਕਰੇ ਨਾ।